ਕੋਈ ਕੋਈ ਨੀ ਪਾਊ ਮੈਂ ਆਪ ਆਪਣੇ ਜਿੰਮੇ ਆ ਜੀ। ਅੱਛਾ ਤੁਹਾਡੇ ਜਿੰਮੇ ਸਾਰਾ ਇੰਤਜ਼ਾਮ ਹੈ ਪਿਆ ਸਾਹਮਣੇ ਵੇਖੋ ਬੈਨਰ ਲੱਗਦਾ ਖਲੋਤਾ ਹੈ ਖੁਸ਼ ਆਮਦੀਦ ਦਾ ਹਜ਼ਰਤ ਮੌਲਾਨਾ ਆਸਿਫ ਮੁਆਵੀਆ ਸਿਆਲ ਸਾਹਿਬ ਪਹੁੰਚ ਚੁੱਕੇ ਨੇ। ਅਸਲਾਮ ਵਾਲੇਕੁਮ ਵੀਵਰ, ਮੈਂ ਹਾਂ ਆਮਿਰ ਸੁਹੇਲ ਅਤੇ ਤੁਸੀਂ ਵੇਖਦੇ ਪਿਓ ਸਾਡਾ ਯੂਟਿਊਬ ਚੈਨਲ ਆਮਿਰ ਪੰਜਾਬੀ ਮੁੰਡਾ। ਵੀਵਰ ਅੱਜ ਸਾਡੇ ਇਲਾਕੇ ਦੇ ਵਿੱਚ ਸਾਡੇ ਮਦਰਸੇ ਦੇ ਵਿੱਚ ਸਾਲਾਨਾ ਜਲਸਾ ਹੈ। ਹਰ ਸਾਲ ਬਾਅਦ ਸਾਲਾਨਾ ਇੱਥੇ ਮਦਰਸੇ ਸਾਡੇ ਦੇ ਵਿੱਚ ਜਲਸਾ ਹੁੰਦਾ। ਮਦਰਸਾ ਤਾਲੀਮ ਉਲ ਕੁਰਾਨ ਹੱਕ ਚਾਰ ਯਾਰ ਖਾਕੀ ਲੱਖੀ ਹੈ ਜੀ। ਅਤੇ ਇੰਤਜ਼ਾਮ ਕੱਲ੍ਹ ਤੋਂ ਵੀਵਰ ਸ਼ੁਰੂ ਹੈ। ਸੁਬਹ ਵੀ ਅਸੀਂ ਸਫਾਈ ਸਫਾਈ ਕਰਕੇ ਗਏ ਹਾਂ ਅਤੇ ਹੁਣ ਮੈਂ ਵਹਿੰਦਾ ਪੀਆ ਗਾ ਦਰਸੇ ਤੁਹਾਨੂੰ ਮਾਹੌਲ ਵੀ ਖਾਈ ਹੈ। ਅਤੇ ਅੱਜ ਜਲਸਾ ਮਾਸ਼ਾਅੱਲਾ ਜਲਸੇ ਦੇ ਵਿੱਚ ਇਨਸ਼ਾਅੱਲਾ ਉਲਮਾਏ ਕਰਾਮ ਤਸ਼ਰੀਫ ਲਾ ਰਹੇ ਹਨ। ਫਾਈਨਲੀ ਅਸੀਂ ਪਹੁੰਚਾਏ ਹਾਂ ਵੀਵਰ ਆਪਣੇ ਮਦਰਸੇ ਦੇ ਵਿੱਚ। ਇਨਸ਼ਾਅੱਲਾ ਸਾਡਾ ਪ੍ਰੋਗਰਾਮ ਜ਼ੁਹਰ ਤੋਂ ਬਾਅਦ ਸ਼ੁਰੂ ਹੋ ਗਈ ਸੀ ਅਤੇ ਜੇ ਸਾਡੇ ਜਲਸੇ ਦੇ ਵਿੱਚ ਜਿਹੜੇ ਉਲਮਾਏ ਕਰਾਮ ਆ ਰਹੇ ਹਨ ਉਹ ਤੁਹਾਨੂੰ ਭਾਈ ਉਸਾਮਾ ਦੱਸੇ ਸਨ ਅਤੇ ਬਾਕੀ ਸਾਡੇ ਉਸਤਾਦ ਮੁਹਤਰਮ ਕਾਰੀ ਮੁਆਵੀਆ ਸਾਹਿਬ ਆਪਣੇ ਜ਼ੇਰੇ ਨਿਗਰਾਨੀ ਕੰਮ ਕਰਵਾ ਰਹੇ ਹਨ। ਪ੍ਰੋਗਰਾਮ ਸਾਡੀ ਜ਼ੁਹਰ ਤੋਂ ਬਾਅਦ ਸ਼ੁਰੂ ਹੋਣਾ, ਜ਼ੁਹਰ ਦੀ ਨਮਾਜ਼ ਤੋਂ ਬਾਅਦ ਪ੍ਰੋਗਰਾਮ ਇਨਸ਼ਾਅੱਲਾ ਵੀਵਰ ਜ਼ੁਹਰ ਤੋਂ ਬਾਅਦ ਸ਼ੁਰੂ ਹੋਈ ਸੀ। ਤੁਸੀਂ ਕਿਹੜੇ ਹਜ਼ਰਾਤ ਨੂੰ ਸੱਦੀ ਖਲੋਤੇ ਹੋ, ਤੁਹਾਡੇ ਜਿੰਮੇ ਕਿਹੜੇ ਨੇ? ਮੇਰੇ ਜਿੰਮੇ ਕੋਈ ਕੋਈ ਨਹੀਂ ਪਾਊ, ਮੈਂ ਆਪ ਆਪਣੇ ਜਿੰਮੇ ਆ ਜੀ। ਅੱਛਾ ਤੁਹਾਡੇ ਜਿੰਮੇ ਸਾਰਾ ਇੰਤਜ਼ਾਮ ਹੈ ਪਿਆ? ਜੀ ਬਿਲਕੁਲ। ਮਾਸ਼ਾਅੱਲਾ ਮਾਸ਼ਾਅੱਲਾ। ਸਟੇਜ ਇੱਥੇ ਬਣਾਉਣਾ ਸਾਜੀ? ਹਾਂ ਸਹੀ। ਤੇ ਆਵਾਮ ਵਾਸਤੇ ਕੋਈ ਨਹੀਂ ਲਾਉਣੀ ਛਤਰੀ? ਆਵਾਮ ਵਾਸਤੇ ਉਸੇ ਸਾਰੀ ਛਤਰੀ ਚੌਕੀ ਹੋ ਸੀ ਤਾਂ ਸਾਰੀ ਸਟੇਜ ਤੇ ਆ ਵਈ ਸੀ ਸਾਜੀ ਸਿਰੇ। ਇਦਾਂ ਹੀ ਹੈ। ਨਹੀਂ ਨਹੀਂ ਉਦੋਂ ਮਸਜਿਦ ਦੇ ਖਾਤਾ ਹੋਵੇ ਸੀ ਨਾ। ਅੱਛਾ ਅੱਛਾ। ਉਦੋਂ ਮਸਜਿਦ ਕੋ ਜਵਾਂ ਮਸਜਿਦ ਦੇ ਬਾਸੀ ਤੇ ਬਾਕੀ ਵਾਂ ਥੱਲੇ ਨੀਚੇ। ਇਹ ਉਸਾਮਾ ਭਾਈ ਦੀਆਂ ਕੁਰਬਾਨੀਆਂ। ਇਹ ਉਸਾਮਾ ਭਾਈ ਦਾ ਇੱਥੇ ਬੋਰਡ ਲੱਗ ਸਨ, ਜਿੰਨੇ ਵੀ ਅਛਾਈਆਂ ਨਾ ਉਸਾਮਾ ਭਾਈ ਦੀਆਂ। ਇਹ ਤੰਬੂ ਪਿੱਛੋਂ ਵੇਖ ਲਓ ਤੁਸੀਂ ਸਾਰਾ ਜਲਸੇ ਦਾ ਬਕਾਇਦਾ ਆਗਾਜ਼ ਸ਼ੁਰੂ ਹੋਣ ਵਾਲਾ ਤੇ ਸਾਡੇ ਹੱਥ 'ਚ ਹੈ ਵੇਖੋ ਚੂਨਾ ਅਤੇ ਅਸੀਂ ਪਿੱਛੇ ਵੀ ਸੱਟ ਕੇ ਆਏ ਹਾਂ ਅੱਡੇ ਤੋਂ ਕਿਉਂਕਿ ਆਉਣ ਵਾਲੇ ਮਹਿਮਾਨ ਉਲਮਾ ਇਕਰਾਮ ਨੂੰ ਪਤਾ ਚੱਲੇ ਕਿ ਇਸ ਸਾਈਡ 'ਤੇ ਆਉਣਾ ਅਤੇ ਬਾਕੀ ਅਸਾਂ ਤੁਹਾਨੂੰ ਨਿਜ਼ਾਮ ਵੀ ਖਾਈਨੇ ਹਾਂ। ਇਸ ਸਾਹਮਣ ਵੇਖੋ ਬੈਨਰ ਲੱਗਦਾ ਖਲੋਤਾ ਹੈ ਖੁਸ਼ ਆਮਦੀਦ ਦਾ। ਸਾਰੀਆਂ ਕੁਰਬਾਨੀਆਂ ਉਸਾਮਾ ਭਾਈ ਦੀਆਂ ਨੇ, ਸਾਡੀਆਂ ਕੁਰਬਾਨੀਆਂ ਸਾਹਮਣੇ ਤੁਹਾਡੇ ਵੈਲਕਮ ਨਜ਼ਰ ਆ ਰਹੀ ਉਸ। ਹਾਂ ਭਾਈ ਸਾਦਿਕ ਮੀਆਂ ਕਰਵਾਇਆ ਨਾਸ਼ਤਾ, ਕਰਵਾਇਆ ਨਾਸ਼ਤਾ, ਨਾਸ਼ਤਾ ਕਰਵਾਇਆ। ਵੈਲਕਮ ਬੈਕ ਵੀਵਰ, ਘਰ ਆਏ ਹਾਂ ਫਰੈਸ਼ ਹੋ ਕੇ, ਟੋਪੀ ਸ਼ੋਪੀ ਲਾਈਏ ਅਤੇ ਇਹ ਪਿੱਛੇ ਤੁਸੀਂ ਵੇਖ ਰਹੇ ਹੋ ਉਸ ਬੈਕ ਸਾਈਡ 'ਤੇ ਗੱਡੀ ਖਲੋਤੀ ਹੈ ਅਤੇ ਇਹ ਗੱਡੀ ਹੈ ਪਈ ਸਾਡੇ ਮੁਲਕ ਪਾਕਿਸਤਾਨ ਦੇ ਨਾਮਵਰ ਸ਼ਖਸੀਅਤ ਨਾਥ ਖਾਨ ਕਾਰੀ ਆਸਿਫ ਰਸ਼ੀਦੀ ਸਾਹਿਬ ਦੀ। ਉਹ ਰਾਤ ਨੂੰ ਸਾਡੀ ਬੈਠਕ ਹੈ ਚਾਹੇ ਬੈਕ ਸਾਈਡ 'ਤੇ ਤੁਹਾਨੂੰ ਬੈਠਕ ਨਜ਼ਰ ਆ ਰਹੀ ਸੀ ਅਤੇ ਤਕਰੀਬਨ ਰਾਤ ਪ੍ਰੋਗਰਾਮ ਤੋਂ ਵੀਵਰ ਲੇਟ ਆਏ ਅਤੇ ਇੱਥੇ ਮੁੜ 2 ਵਜੇ ਪਹੁੰਚਣ ਚਾਹੇ ਮੁੜ ਰਾਤ ਸਕੂਨ ਕੀਤਾ ਨੇ ਅਤੇ ਹੁਣ ਹੀ ਉੱਠੇ ਨੇ, ਤਕਰੀਬਨ ਨਾਸ਼ਤਾ ਕੀਤਾ ਨੇ ਅਤੇ ਨਾਸ਼ਤਾ ਕਰਕੇ ਗਏ ਮਸਜਿਦ ਦੇ ਨਮਾਜ਼ ਪੜ੍ਹਨ ਅਤੇ ਇਨਸ਼ਾਅੱਲਾ ਪ੍ਰੋਗਰਾਮ ਵੀਵਰ ਸ਼ੁਰੂ ਹੋਣ ਵਾਲਾ ਅਤੇ ਇਨਸ਼ਾਅੱਲਾ ਤੁਸੀਂ ਪ੍ਰੋਗਰਾਮ ਸਾਡੇ ਨਾਲ ਲਾਜ਼ਮੀ ਵੇਖਣਾ। ਇਨਸ਼ਾਅੱਲਾ ਬਹੁਤ ਮਜ਼ਾ ਆਉਂਸੀ। ਉਲਮਾਏ ਇਕਰਾਮ ਤੋਂ ਦੱਸੀ ਜਾਵਾਂ ਕਿ ਸਾਡੇ ਪੀਰ ਮੁਰਸ਼ਿਦ ਪੀਰ ਸੈਯਦ ਫਖਰ ਆਲਮ ਸ਼ਾਹ ਸਾਹਿਬ ਫੈਸਲਾਬਾਦ ਤੋਂ ਆ ਰਹੇ ਹਨ ਅਤੇ ਨਾਥ ਖਾਨ ਸਾਡੇ ਮੁਲਕ ਪਾਕਿਸਤਾਨ ਦੇ ਆਸਿਫ ਰਸ਼ੀਦੀ ਸਾਹਿਬ ਔਰ ਤਿਲਾਵਤ ਵਾਸਤੇ ਕਾਰੀ ਜ਼ਕਰੀਆ ਖਾਲਿਦ ਸਾਹਿਬ, ਜਿਨ੍ਹਾਂ ਦੀ ਮਾਸ਼ਾਅੱਲਾ ਬਹੁਤ ਹੀ ਪਿਆਰੀ ਆਵਾਜ਼ ਹੈ, ਤਕਰੀਬਨ 2 ਮਿੰਟ ਸਾਹ ਹੈ ਵੀਵਰ ਉਹਨਾਂ ਦਾ, ਉਹ ਵੀ ਤੁਹਾਨੂੰ ਲਾਜ਼ਮੀ ਸੁਣ ਆਉਣਾ ਅਤੇ ਸਾਡੇ ਹਲਕਾ NA 149 ਦੇ ਨਾਮਵਰ ਸ਼ਖਸੀਅਤ ਹਜ਼ਰਤ ਮੌਲਾਨਾ ਆਸਿਫ ਮੁਆਵੀਆ ਸਿਆਲ ਸਾਹਿਬ ਉਹ ਵੀ ਆ ਰਹੇ ਹਨ ਅਤੇ ਇਨਸ਼ਾਅੱਲਾ ਲਾਜ਼ਮੀ ਤੁਹਾਨੂੰ ਵੀਵਰ ਵੀ ਕਹੀ ਸਾਂ ਤੁਸੀਂ ਸਾਡੇ ਨਾਲ ਰਹੋ। ਹੁਣ ਵੀਵਰ ਬਹਿੰਦੇ ਹਾਂ ਮਦਰਸੇ 'ਚ, ਕੋਈ ਨਿਜ਼ਾਮ ਵੇਨੇ, ਪਹਿਲੇ ਮੈਂ ਗਿਆ ਵੀਵਰ ਸਫਾਈ ਸਫਾਈ ਕਰ ਰਹੇ ਹਾਂ ਅਤੇ ਤਕਰੀਬਨ ਸਾਰੇ ਵੀਵਰ ਸਫਾਈ ਮੁਕੰਮਲ ਹੋ ਗਈ ਹੈ ਅਤੇ ਨਮਾਜ਼ ਤੋਂ ਬਾਅਦ ਇਨਸ਼ਾਅੱਲਾ ਪ੍ਰੋਗਰਾਮ ਸ਼ੁਰੂ ਹੋਣ। ਆਵਾਜ਼ ਤੁਹਾਨੂੰ ਸੁਣਾਈ ਦਿੰਦੀ ਪਈ ਸੀ ਅਤੇ ਅਗਰ ਮੈਂ ਬੈਕ ਸਾਈਡ ਤੋਂ ਤੁਹਾਨੂੰ ਮਦਰਸੇ ਦਾ ਥੋੜ੍ਹਾ ਮਾਹੌਲ ਵੀ ਖਾਵਾਂ। ਇਹ ਵੀਵਰ ਸੜਕ ਇਹ ਪਈ ਸਾਹਮਣੇ ਜਾਂਦੀ ਹੈ ਵੀ ਸਾਹਮਣੇ ਮਦਰਸਾ, ਇਹ ਸਾਹਮਣੇ ਤੁਹਾਨੂੰ ਮਜ਼ੂਮ ਕਰਕੇ ਵੀ ਖਾਈ ਨਾ। ਇਹ ਸਾਹਮਣੇ ਵੀਵਰ ਇਹ ਬੈਨਰ ਤੋਂ ਨਜ਼ਰ ਅੰਦਰ ਵੀ ਅੱਗੋਂ ਸਾਈਡ ਤੋਂ ਉਹਨੇ ਖਾਲੀ ਅੱਗੋਂ ਸਾਈਡ 'ਤੇ ਤੋਂ ਹੋਈ ਦੇ ਮਾਸ਼ਾਅੱਲਾ ਖੁਸ਼ ਆਮਦੀਦ ਵਾਹ ਸਾਹਿਬ ਬਾਬਾ। ਇਹ ਸਾਹਮਣੇ ਵੀਵਰ ਜਿਹੜੀ ਗੱਡੀ ਖਲੋਤੀ ਹੈ ਇਹ ਪਈ ਤਿਲਾਵਤ ਵਾਸਤੇ ਆਏ ਹਨ ਕਾਰੀ ਜ਼ਕਰੀਆ ਖਾਲਿਦ ਸਾਹਿਬ ਅਤੇ
سلام دعا ماشاء اللہ ویور تھوڑے سامنے سارے علاقے دی جانی پہچانی شخصیت حلقہ این اے 149 دے امیدوار حضرت مولانا آصف معاویہ سیال صاحب پہنچ چکے ہیں ماشاءاللہ ماشاءاللہ اس نے بھائی دی قربانیاں نا ساریاں ویور تواڈے سامنے اگے تو نا سمے کھائے کہ ساڈے علاقے دی جانی پہچانی شخصیت مولانا صاحب پہنچ چکے ہیں تے او پیچھے کھانا کھم دے بیٹھے نا اپنے دیرے دے وچ تے میرے نال عوام ہے تے اسی ہن ویندے پے مدرسے دے وچ تے کیونکہ اتھے آصف رشیدی صاحب اور نعت خوانی شروع ہو گئی ہے تے ویور اساں ویندے پے مدرسے تے اتھے جا کے تانوں انہاں دی نعت سنائی نے چلو چلو یار یہ جیلے اس نعت مکا چھوڑی ہور مسئلہ آو 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 چلیے مہینے میں بھائی نمازوں کی کمی نہیں کرنا عبادات کی کمی نہیں کرنا ذکر و اذکار کی کمی نہیں کرنا اللہ سے مانگنا ہے اللہ کو ماننا ہے یہ مبارک ماہ جس کے اندر اول رحمت و اوسط المغفرت و آخر ہو من النار پہلے 10 دنوں میں اللہ رحمت جیسے نعرہ تکبیر اللہ اکبر مولانا آصف معاویہ سیال صاحب زندہ باد آمین سبحان اللہ وقال النبی صلی اللہ علیہ وسلم خیرکم من تعلم القرآن وعلمہ ڈیڈی بوائے نہیں ہوں میں بھی دیہاتی آدمی ہوں ٹھیک ہے پینڈو آدمی کی وجہ ہے موڑ پنڈ کچھ بندے سستی کرتے خیر حقیر سمجھ کے جن کو بجھا دیا تم نے یہی چراغ جلیں گے تو روشنی ہوگی دیہاتی بندے ہیں مسجد مدرسے کو قبول فرما مومنین کے تعاون کو قبول فرما پڑھ رہے ہیں پڑھنے والوں کو قبول فرما جو پڑھا رہے ہیں پڑھانے والوں کو قبول فرما اے اللہ ہر اعتبار سے اس درسدا کو قبول فرما ہاں ہاں تھوڑی اگے بنائی نہیں اتنے چلا پندے پیسے واپسی کوئی نہیں آئی فائنلی ویور پروگرام دا اینڈ ہو گیا ماشاء اللہ تو علماء کرام حضرات سارے اپنے منزل نو واپس روانہ ہو گئے تے ہن کرنے ویور وضو تے پڑھنے مغرب دی نماز تے انشاءاللہ اج دی ویڈیو تساں لازمی ویکھنی ویور تے کمنٹ وچ اپنی رائے دا اظہار ضرور کرنا ملدے ہیں نیکسٹ ولاگ دے نال اللہ حافظ